ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਤੇ ਇਸ ਬੁਲੇਟਿਨ ਵਿਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਕੈਪਟਨ ਸਰਕਾਰ ਨੇ ਮੁਲਾਜ਼ਮਾਂ ਦੇ ਰੋਹ ਨੂੰ ਸ਼ਾਂਤ ਕਰਨ ਦੀ ਵਿੱਢੀ ਕਵਾਇਤ। ਮੁੱਖ ਮੰਤਰੀ ਨੇ ਅਧਿਆਪਕਾਂ ਨਾਲ ਕੀਤੀ ਮੁਲਾਕਾਤ। ਬਿਜਲੀ ਮੰਤਰੀ ਨੇ ਬਠਿੰਡਾ ਵਿਚ ਵੰਡੇ ਨਿਯੁਕਤੀ ਪੱਤਰ। ਕੇਂਦਰ ਸਰਕਾਰ ਭਲਾਈ ਸਕੀਮਾਂ ਦੀ 248 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰੇ, ਕਿਹਾ ਸਾਧੂ ਸਿੰਘ ਧਰਮਸੋਤ ਨੇ। ਸੰਗਰੂਰ ਜੇਲ੍ਹ ਵਿਚ ਬੰਦ ਗੈਂਗਸਟਰ ਰਵੀ ਦਿਓਲ ਦਾ ਫੇਸਬੁੱਕ ਅਕਾਊਂਟ ਅਪਡੇਟ। ਵੱਡੀ ਪੱਧਰ ਤੇ ਜੇਲ੍ਹ ਵਿਚ ਛਾਪੇਮਾਰੀ। ਕਠੂਆ ਜਬਰ ਜਨਾਹ ਹੱਤਿਆ ਮਾਮਲੇ ਦੇ ਮੁੱਖ ਦੋਸ਼ੀ ਦਾ ਕਬੂਲਨਾਮਾ। ਬੇਟੇ ਨੂੰ ਬਚਾਉਣ ਲਈ ਕੀਤੀ ਹੱਤਿਆ। ਤੇ ਪ੍ਰਧਾਨ ਮੰਤਰੀ ਮੋਦੀ ਦੀ ਸ਼ੀ ਜਿਨਪਿੰਗ ਨਾਲ ਮੁਲਾਕਾਤ, ਕਿਹਾ ਦੋਵੇਂ ਦੇਸ਼ ਦੁਨੀਆ ਦੀ ਭਲਾਈ ਲਈ ਕੰਮ ਕਰ ਸਕਦੇ ਹਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਧਿਆਪਕਾਂ ਨਾਲ ਮੁਲਾਕਾਤ ਕਰਕੇ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ। ਅਧਿਆਪਕਾਂ ਦੀ ਮੁੱਖ ਮੰਗ ਸਾਰੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ ਏ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਵਿਰੁੱਧ ਪੁਲਿਸ ਕੇਸ ਵਾਪਸ ਲਏ ਜਾਣ ਸਬੰਧੀ ਵਿਚਾਰ ਕਰਾਂਗੇ। ਉਥੇ ਬਠਿੰਡਾ ਪਹੁੰਚੇ ਨਵੇਂ ਬਣੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਨੂੰ ਨਵੇਂ ਸਿਰੇ ਤੋਂ ਨਿਯੁਕਤੀ ਪੱਤਰ ਵੰਡੇ। ਕਾਂਗੜ ਨੇ ਥਰਮਲ ਪਲਾਂਟ ਦੇ 635 ਠੇਕਾ ਮੁਲਾਜ਼ਮਾਂ ਵਿਚ 183 ਨੂੰ ਟਿਸਕੋ ਕੰਪਨੀ ਤਹਿਤ ਨਿਯੁਕਤੀ ਪੱਤਰ ਦਿੱਤੇ। ਉਨ੍ਹਾਂ ਕਿਹਾ ਕਿ ਬਾਕੀ ਮੁਲਾਜ਼ਮਾਂ ਨੂੰ ਵੀ ਜਲਦ ਨਿਯੁਕਤੀ ਪੱਤਰ ਵੰਡੇ ਜਾਣਗੇ। ਦੱਸ ਦਈਏ ਕਿ ਇਹ ਮੁਲਾਜ਼ਮ ਥਰਮਲ ਪਲਾਂਟ ਦੇ ਯੂਨਿਟ ਬੰਦ ਕਰਨ ਖਿਲਾਫ ਸੰਘਰਸ਼ ਕਰ ਰਹੇ ਸੀ। ਇੱਥੇ ਕਾਫੀ ਸਾਡੇ ਜਿਹੜੇ ਧਰਨਾਕਾਰੀ ਸੀ, ਰਿਜੈਂਟਮੈਂਟ ਸੀ ਜਿਨ੍ਹਾਂ ਦੇ ਵਿੱਚ, ਉਹਨਾਂ ਨੂੰ ਉਦੋਂ ਵੀ ਕਿਹਾ ਗਿਆ ਸੀ ਵੀ ਤੁਸੀਂ ਬੇਫਿਕਰ ਹੋ। ਸੀਮ ਸਾਹਿਬ ਨੇ ਕਹਿ ਦਿੱਤਾ ਸੀ ਵੀ ਤੁਹਾਨੂੰ ਕਿਤੇ ਨਾ ਕਿਤੇ ਐਡਜਸਟ ਕੀਤਾ ਜਾਊਗਾ। ਅੱਜ ਉਹਨਾਂ ਦੀ ਗੱਲ ਮੰਨਦੇ ਹੋਏ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਸਰ ਮੇਰੇ ਨਾਲ ਸਾਡੇ ਡਾਕਟਰ ਸਾਹਿਬ ਪਾਂਡਵ ਸਾਹਿਬ ਬੈਠੇ ਨੇ। ਇਹਨਾਂ ਦੀ ਬੜੀ ਮਿਹਨਤ ਸੀ, ਸਾਡੇ ਸਾਰੇ ਅਫਸਰ ਸਾਹਿਬਾਨਾਂ ਦੀ ਮਿਹਨਤ ਸੀ। ਇਹਨਾਂ ਨੇ ਵੀ ਜਾ ਕੇ ਫੀਡਬੈਕ ਦਿੱਤੀ ਵੀ ਇਹਨਾਂ ਨੂੰ ਨੇੜੇ ਐਡਜਸਟ ਕੀਤਾ ਜਾਵੇ, ਜਿਨ੍ਹਾਂ ਦੇ ਬੱਚਿਆਂ ਦੀ ਰੋਟੀ ਦਾ ਮਸਲਾ। ਸੀਐਮ ਸਾਹਿਬ ਨੇ ਬੜੀ ਡੀਪਲੀ ਇਸ 'ਤੇ ਕਰਕੇ, ਅਤੇ ਅੱਜ ਅਸੀਂ ਉਹਨਾਂ ਸਾਰੇ ਜਿਹੜੇ ਇੱਥੇ ਕੰਮ ਕਰਦੇ ਸੀ ਜੋ ਲੋਕ ਸਨ ਮਹਿਕਮੇ 'ਚ, ਉਹ 635 ਸੀ ਟੋਟਲ, ਜਿਨ੍ਹਾਂ ਦੀ ਅੱਜ ਅਸੀਂ ਅਪੁਆਇੰਟਮੈਂਟ ਲੈਟਰ ਦੇ ਰਹੇ ਹਾਂ 183 ਨੂੰ ਪੈਸਕੋ ਕੰਪਨੀ ਰਾਹੀਂ। ਕੁਛ ਅਸੀਂ ਲਹਿਰਾ ਥਰਮਲ ਪਲਾਂਟ ਦੇ ਵਿੱਚ ਐਡਜਸਟ ਕੀਤੇ ਆ, ਕੁਛ ਦੂਸਰੇ 'ਚ ਕੀਤੇ ਆ, ਟੋਟਲ 635 ਨੇ। ਇੱਧਰ ਬਠਿੰਡੇ 'ਚ 183 ਸੀ, ਅੱਜ ਅਸੀਂ ਉਹਨਾਂ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਡਰ ਸੀ ਵੀ ਸ਼ਾਇਦ ਕਿਤੇ ਸਰਕਾਰ ਗੱਲਾਂ ਨਾ ਕਰਦੀ ਹੋਵੇ, ਔਰ ਮੇਰੇ ਦਿਮਾਗ 'ਤੇ ਵੀ ਉਸ ਦਿਨ 'ਤੇ ਚਿੰਤਾ ਸੀ ਜਿਸ ਦਿਨ ਮੈਨੂੰ ਸ਼ਾਮ ਨੂੰ ਅਨਾਊਂਸ ਕੀਤਾ ਗਿਆ ਵੀ ਤੁਹਾਡਾ ਪਾਵਰ ਤੁਸੀਂ ਮਿਨਿਸਟਰ ਬਣੇ। ਅਤੇ ਮੈਂ ਸਾਰੇ ਅਫਸਰਾਂ ਨੂੰ ਟੈਲੀਫੋਨ 'ਤੇ ਕਿਹਾ ਸੀ ਵੀ ਮੈਂ ਜ਼ਿਲ੍ਹੇ ਬਠਿੰਡੇ 'ਚ ਵੀ ਜਾਣਾ, ਜ਼ਿਲ੍ਹੇ ਬਠਿੰਡੇ ਦਾ ਮੈਂ ਰਹਿਣ ਵਾਲਾ ਹਾਂ, ਅਤੇ ਆਪਾਂ ਜਾਂਦਿਆਂ ਨੂੰ ਕੋਈ ਨਾ ਕੋਈ ਕਿਸੇ ਦੇ ਭਲੇ ਵਾਸਤੇ ਗੱਲ ਕਰੇ। ਅਤੇ ਫਿਰ ਸਾਰਿਆਂ ਨੇ ਦੋ ਤਿੰਨ ਦਿਨਾਂ ਦੇ ਵਿੱਚ ਸੀਐਮ ਸਾਹਿਬ ਨਾਲ, ਡਾਇਰੈਕਟਰ ਸਾਹਿਬ ਨੇ, ਚੇਅਰਮੈਨ ਸਾਹਿਬ ਨੇ, ਸੈਕਟਰੀ ਸਾਹਿਬ ਨੇ, ਸਾਰਿਆਂ ਨੇ ਇੱਕ ਫੈਸਲਾ ਕਰਕੇ ਦੋ ਦਿਨਾਂ 'ਚ ਹੀ ਲੈਟਰਾਂ ਤਿਆਰ ਕਰਕੇ ਇਹਨਾਂ ਸਾਰੇ ਕਰਮਚਾਰੀ ਨੂੰ ਐਡਜਸਟ ਵਾਸਤੇ ਅੱਜ ਪ੍ਰੋਗਰਾਮ ਰੱਖਿਆ। ਸੋ ਜੋ ਅਸੀਂ 3 ਮਹੀਨੇ ਪਹਿਲਾਂ ਧਰਨਾ ਲਾਇਆ ਸੀਗਾ, ਲਗਾਤਾਰ ਸਾਡਾ ਪ੍ਰਚਾਰ ਚੱਲਦਾ ਸੀਗਾ, ਸੋ ਸਰਕਾਰ ਨੇ ਸਾਨੂੰ ਪੈਸਕੋ ਰਾਹੀਂ ਜਿਹੜੀ ਜੁਆਇਨਿੰਗ ਲੈਟਰ ਅਜੇ ਵੰਡੇ ਆ, ਸਾਡੇ 183 ਬੰਦੇ ਉਹਨਾਂ ਜੁਆਇਨਿੰਗ ਲੈਟਰ ਦਿੱਤੇ ਆ, ਅਤੇ ਸਾਡੇ ਜਿਹੜੇ ਮੁਲਾਜ਼ਮ ਉਹ ਡਿਊਟੀ ਕਰਨਗੇ ਇਸ ਤੋਂ। ਪਰ ਇਹਨਾਂ ਨੇ ਸਾਨੂੰ ਜੋ ਵਾਅਦਾ ਕੀਤਾ ਸੀ ਵੀ ਅਸੀਂ 23 ਤਰੀਕ ਤੋਂ ਤੁਹਾਡੀ ਹਾਇਰ ਲਵਾਂਗੇ, 23 ਤੋਂ ਹੀ ਲੱਗ ਰਹੀ ਹੈ, ਇਸ ਤੋਂ ਬਾਅਦ ਜਿਹੜੇ ਸਾਨੂੰ ਸੋਮਵਾਰ ਨੂੰ ਇਹ ਬਾਕੀ ਬੰਦੇ ਨੂੰ ਜੁਆਇਨਿੰਗ ਲੈਟਰ ਵੰਡਣਗੇ। ਸੋ ਅਸੀਂ ਸਰਕਾਰ ਦਾ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਜੀ ਦਾ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਨਿਯੁਕਤੀ ਪੱਤਰ ਦਿੱਤੇ। ਪਰ ਸਾਨੂੰ ਇਹ ਨਿਰਾਸ਼ਾ ਜ਼ਰੂਰ ਹੈ ਵੀ ਜੇ ਸਰਕਾਰ ਚਾਹੁੰਦੀ ਤਾਂ ਸਾਨੂੰ ਜਿਹੜਾ ਪਾਵਰਕੌਮ ਦੇ ਵਿੱਚ ਇਹ ਰੱਖ ਸਕਦੀ ਸੀਗੀ, ਪਰ ਇਹਨਾਂ ਨੇ ਇਹੋ ਜਿਹਾ ਨਹੀਂ ਕੀਤਾ। ਸੋ ਅੱਜ ਦੇ ਜਿਹੜੇ ਗਰੀਬ ਜੋ ਦੌਰ ਚੱਲ ਰਿਹਾ ਹੈਗਾ, ਇਸ ਦੇ ਮਾਹੌਲ ਦੇ ਵਿੱਚ ਵੀ ਇੰਨੇ ਘੱਟ ਰੁਜ਼ਗਾਰ, ਜਿਹੜਾ ਪੇਮੈਂਟ ਨਾਲ ਗੁਜ਼ਾਰਾ ਨਹੀਂ ਹੁੰਦਾ, 6-7 ਹਜ਼ਾਰ ਦੀ ਤਨਖਾਹ ਨਾਲ ਬੱਚੇ ਨਹੀਂ ਪਲਦੇ ਸਾਡੇ ਤੋਂ, ਪਰ ਫਿਰ ਵੀ ਸਾਨੂੰ ਮਜਬੂਰਨ ਇਹ ਨੌਕਰੀ ਜਿਹੜੀ ਲੈਣੀ ਪਈ ਹੈ। ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਦੋਂ ਤੱਕ ਸਾਨੂੰ ਮਹਿਕਮੇ 'ਚ ਨਹੀਂ ਲਿੱਤਾ ਜਾਂਦਾ, ਰੈਗੂਲਰ ਨਹੀਂ ਕੀਤਾ ਜਾਂਦਾ, ਸੋ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਸੀਗਾ ਬਰਾਬਰ ਕੰਮ ਬਰਾਬਰ ਤਨਖਾਹ ਦਾ, ਉਹ ਸਰਕਾਰ ਜਲਦ ਤੋਂ ਜਲਦ ਲਾਗੂ ਕਰੇ, ਅਸੀਂ ਸਰਕਾਰ ਤੋਂ ਇਹ ਬਹੁਤ ਆਸ ਰੱਖਦੇ ਹਾਂ। ਪੰਜਾਬ ਦੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਭਲਾਈ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਭਾਰਤ ਸਰਕਾਰ ਨੂੰ ਪੰਜਾਬ ਸੂਬੇ ਨਾਲ ਸੰਬੰਧਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ SC ਸਟੂਡੈਂਟ ਸਕੀਮ ਦੇ ਕੁੱਲ 1048 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਏ। ਨਵੀਂ ਦਿੱਲੀ ਦੇ ਵਿਖੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ੍ਰੀ ਥਾਵਰਚੰਦ ਗਹਿਲੋਤ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨਾਲ ਮੀਟਿੰਗ ਮਗਰੋਂ ਸਰਦਾਰ ਧਰਮਸੋਤ ਨੇ ਦਸਿਆ ਕਿ ਸੂਬੇ ਦੇ ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਵਿਭਿੰਨ ਭਲਾਈ ਸਕੀਮਾਂ ਦੇ ਕੇਂਦਰੀ ਹਿੱਸੇ
ਦੇ 1048 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਹਨ। ਸਰਦਾਰ ਧਰਮਸੋਤ ਨੇ ਦੱਸਿਆ ਕਿ ਸੂਬੇ ਦੀ ਕਾਂਗਰਸ ਸਰਕਾਰ ਸੂਬੇ ਦੇ SC BC ਅਤੇ ਘੱਟ ਗਿਣਤੀ ਵਰਗ ਨਾਲ ਸੰਬੰਧਿਤ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਸਮੇਂ ਸਿਰ ਦੇਣ ਲਈ ਵਚਨਬੱਧ ਹੈ। ਗੈਂਗਸਟਰਾਂ ਨੂੰ ਜੇਲ੍ਹਾਂ ਵਿਚ ਮਿਲਣ ਵਾਲੀਆਂ ਸੁੱਖ ਸਹੂਲਤਾਂ ਤੇ ਨੱਥ ਪਾਉਣ ਲਈ ਜੇਲ੍ਹ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਸੰਗਰੂਰ ਜੇਲ੍ਹ ਵਿਚ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਗਈ। ਇਹ ਛਾਪਾ ਗੈਂਗਸਟਰ ਰਵੀ ਦਿਓਲ ਵੱਲੋਂ ਕਥਿਤ ਤੌਰ ਤੇ ਜੇਲ੍ਹ ਵਿਚੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਮਾਰਿਆ ਗਿਆ। ਰਵੀ ਦਿਓਲ ਦੀ ਫੇਸਬੁੱਕ ਬੀਤੀ 22 ਤੇ 11 ਅਪ੍ਰੈਲ ਵਾਲੇ ਦਿਨ ਅਪਡੇਟ ਕੀਤੀ ਗਈ ਏ। ਖਦਸ਼ਾ ਸੀ ਕਿ ਉਸਨੇ ਇਹ ਕੰਮ ਜੇਲ੍ਹ ਵਿਚੋਂ ਹੀ ਕੀਤਾ ਏ। ਇਸ ਦੀ ਜਾਂਚ ਲਈ ਅੱਜ ਤਕਰੀਬਨ 150 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸਵੇਰੇ 4:30 ਸੰਗਰੂਰ ਜੇਲ੍ਹ ਵਿਚ ਰੇਡ ਕੀਤੀ। ਹਾਲਾਂਕਿ ਵੱਡੇ ਪੱਧਰ ਤੇ ਮਾਰੇ ਇਸ ਛਾਪੇ ਵਿਚ ਪੁਲਿਸ ਹੱਥ ਕੁਛ ਨਹੀਂ ਲੱਗਾ। ਅਧਿਕਾਰੀਆਂ ਦਾ ਕਹਿਣਾ ਏ ਕਿ ਸਾਈਬਰ ਸੈੱਲ ਤੋਂ ਅਕਾਊਂਟ ਅਪਡੇਟ ਸਬੰਧੀ ਜਾਂਚ ਕਰਵਾਈ ਜਾਵੇਗੀ। ਅੱਜ ਪਟਿਆਲਾ ਜੇਲ੍ਹ ਵਿਚ ਪਾਸਿੰਗ ਪਰੇਡ ਦੀ ਸਲਾਮੀ ਤੋਂ ਬਾਅਦ ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਵਿਚ ਚੱਲ ਰਹੇ ਸਾਰੇ ਗੈਰ ਕਾਨੂੰਨੀ ਕੰਮ ਛੇਤੀ ਬੰਦ ਹੋ ਜਾਣਗੇ। ਇਹ ਸਾਡਾ ਜੇਲ੍ਹ ਦਾ ਜਿਹੜਾ ਨੋਰਮਲ ਗਾਏ ਵਗਾਏ ਅਸੀਂ ਚੈੱਕ ਕਰਦੇ ਰਹਿੰਦੇ ਹਾਂ। ਅੱਜ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸੈਂਟਰਲ ਜੇਲ੍ਹ ਸੰਗਰੂਰ ਦੇ ਵਿੱਚ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਸੀਗਾ, ਜਿਹਦੇ ਵਿੱਚ ਜਿਹੜੇ ਖਾਸ ਤੌਰ 'ਤੇ ਜਿਹੜੇ ਗੈਂਗਸਟਰ ਜਿਹੜੇ ਆ ਬੰਦ ਆ ਉਹਨਾਂ ਦੀਆਂ ਬੈਰਕਾਂ ਅਤੇ ਜਾਂ ਜਿੱਥੇ ਸਾਨੂੰ ਕੋਈ ਇਨਫੋਰਮੇਸ਼ਨ ਸੀ ਉਹ ਬੈਰਕਾਂ ਦੀ ਚੈਕਿੰਗ ਕੀਤੀ ਸੀ, ਜਿਹਦੇ ਵਿੱਚ ਅਸੀਂ SP DSP ਅਤੇ SHO ਬਾਹਰੋਂ ਲਿਆ ਕੇ ਉਹਦੇ ਵਿੱਚ ਅਸੀਂ ਕਰੀਬ 150 ਤੋਂ 250 ਦੇ ਕਰੀਬ ਫੋਰਸ ਸੀ ਜਿਹਨੇ ਅਸੀਂ ਸਰਚ ਕੀਤੀ ਹੈ। ਅਤੇ ਸਰਚ ਹੁਣ ਸਾਡੀ ਮੁਕੰਮਲ ਹੋ ਚੁੱਕੀ ਹੈ, ਪਰ ਅੱਜ ਜਿਹੜੀ ਸਰਚ ਦੇ ਵਿੱਚ ਸਾਨੂੰ ਕੋਈ ਵੀ ਇਹੋ ਜਿਹੀ ਮੇਨ ਮਕਸਦ ਜਿਹੜਾ ਸਰਚ ਕਰਨ ਦਾ ਸੀਗਾ ਜਿਹਦੇ 'ਚ ਕੋਈ ਇਲੈਕਟ੍ਰੋਨਿਕ ਗੈਜ਼ਟ ਜਾਂ ਕੋਈ ਨਸ਼ੇ ਵਾਲੀਆਂ ਕੋਈ ਚੀਜ਼ਾਂ, ਅੱਜ ਵਾਲੀ ਜਿਹੜੀ ਸਰਚ ਆਪਰੇਸ਼ਨ ਦੇ ਵਿੱਚ ਸਾਡਾ ਕੋਈ ਵੀ ਜਿਹੜੀ ਇਹੋ ਜਿਹੀ ਚੀਜ਼ ਨਹੀਂ ਹੋਈ ਜਿਹਦੇ ਕਾਰਨ ਮਿਲੀ ਜਿਹਦੇ ਕਾਰਨ ਸਾਨੂੰ ਅੱਗੇ ਕਾਰਵਾਈ ਕਰਨੀ ਪਿਆ। ਸਰ, ਇੱਕ ਰਵੀ ਦਿਓਲ ਦੇ ਫੇਸਬੁੱਕ ਅਪਡੇਟ ਦੀ ਸਾਹਮਣੇ ਆ ਰਹੀ ਹੈ, ਮਹੀਨੇ ਵਿੱਚ ਦੋ ਵਾਰ ਹੋਈ ਹੈ, ਉਸਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ? ਜਿਹੜੀ ਇਹ ਵਾਕਿਆ ਇਸ ਗੱਲ ਦੀ ਹੋਈ ਹੈ, ਮੈਨੂੰ ਜਿਹੜੇ ਜੇਲ੍ਹ ਮਿਨਿਸਟਰ ਹੈ ਮਿਸਟਰ ਸੁਖਜਿੰਦਰ ਰੰਧਾਵਾ ਸਾਹਿਬ, ਉਹਨਾਂ ਦਾ ਵੀ ਫੋਨ ਆਇਆ ਸੀ ਇਸ ਬਾਰੇ, ਅਤੇ ਉਹਨਾਂ ਨੇ ਦੱਸਿਆ ਸੀ ਵੀ ਅਸੀਂ ਸੁਪਰੀਡੈਂਟ ਜੇਲ੍ਹ ਤੋਂ ਇੱਕ ਕੰਪਲੇਂਟ ਲੈ ਕੇ ਅਤੇ ਉਹਦੇ ਬਾਰੇ ਵੀ ਅਸੀਂ ਸਾਈਬਰ ਸੈੱਲ ਰਾਹੀਂ ਉਹਦੀ ਪੜਤਾਲ ਕਰਾ ਰਹੇ ਹਾਂ, ਜਿਹਦੇ ਤੋਂ ਇਹ ਪਤਾ ਲੱਗ ਸਕੇ ਵੀ ਕੀ ਇਹਨੇ ਜਿਹੜਾ ਕਿਹੜੇ ਇੰਸਟਰੂਮੈਂਟ ਜਾਂ ਕੋਈ ਮੋਬਾਈਲ ਜਾਂ ਕੰਪਿਊਟਰ ਜਾਂ ਲੈਪਟੋਪ ਕਿੱਥੋਂ ਇਹ ਜਿਹੜੀ ਉਹਦੀ ਫੇਸਬੁੱਕ ID ਹੈ ਜਿਹੜੀ ਅਪਡੇਟ ਕੀਤੀ ਗਈ ਹੈ। ਇਸ ਕਰਕੇ ਉਹਦਾ ਅੱਜ ਸਰਚ ਦੇ ਦੌਰਾਨ ਅਸੀਂ ਰਵੀ ਦਿਓਲ ਦੀ ਬੈਰਕ ਵੀ ਸਰਚ ਕੀਤੀ ਸੀ, ਕਿਉਂਕਿ ਬਾਕੀ ਹੋਰ ਵੀ ਜਿਹੜੇ ਹੈਗੇ ਆ ਗੈਂਗਸਟਰ ਉਹਨਾਂ ਦੀ ਵੀ ਅਤੇ ਰਵੀ ਦਿਓਲ ਦੀ ਵੀ, ਸਾਰੇ ਉਹਦੇ ਇਕੱਲੀ ਇਕੱਲੀ ਚੀਜ਼ ਦੀ ਤਲਾਸ਼ੀ ਲਈ ਸੀ, ਪਰ ਸਾਨੂੰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਿਲੀ ਜਿਹਦੇ ਕਾਰਨ ਅਸੀਂ ਕਹਿ ਸਕੀਏ ਵੀ ਕੋਈ ਕਾਰਵਾਈ ਕਰਨੀ ਬਣਦੀ ਆ। ਕਠੂਆ ਵਿਚ 8 ਸਾਲਾਂ ਦੀ ਬੱਚੀ ਨਾਲ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਏ। ਮਾਮਲੇ ਦੀ ਜਾਂਚ ਨਾਲ ਜੁੜੀ ਪੁਲਿਸ ਟੀਮ ਨੇ ਦਸਿਆ ਕਿ ਦੋਸ਼ੀਆਂ ਵਿਚੋਂ ਇਕ ਸਾਂਝੀ ਰਾਮ ਨੇ ਹੱਤਿਆ ਦੀ ਗੱਲ ਕਬੂਲੀ ਏ। ਪੁੱਛਗਿੱਛ ਵਿਚ ਉਸਨੇ ਦਸਿਆ ਕਿ ਬੱਚੀ ਨੂੰ ਅਗਵਾ ਕਰਨ ਦੇ 4 ਦਿਨ ਬਾਅਦ ਉਸਨੂੰ ਜਬਰ ਜਨਾਹ ਦਾ ਪਤਾ ਲੱਗਾ। ਜਬਰ ਜਨਾਹ ਵਿਚ ਉਸਦੇ ਬੇਟੇ ਦੇ ਵੀ ਸ਼ਾਮਿਲ ਹੋਣ ਦਾ ਪਤਾ ਲੱਗਣ ਤੇ ਉਸਨੂੰ ਬਚਾਉਣ ਲਈ ਸਾਂਝੀ ਰਾਮ ਨੇ ਲੜਕੀ ਦੇ ਕਤਲ ਦੀ ਸਾਜਿਸ਼ ਘੜੀ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਕਰਾਊਨ ਤੇ ਇਸ ਦੀ ਜਾਂਚ CBI ਨੂੰ ਸੌਂਪਣ ਦੀ ਪਟੀਸ਼ਨ ਤੇ ਵਿਚਾਰ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਕਠੂਆ ਵਿਚ ਚੱਲ ਰਹੀ ਕਾਰਵਾਈ ਤੇ 7 ਮਈ ਤੱਕ ਰੋਕ ਲਗਾ ਦਿੱਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਹਿਮ ਚੀਨ ਦੌਰੇ ਤੇ ਹਨ। ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੁਬਈ ਸੂਬਾਈ ਮਿਊਜ਼ੀਅਮ ਵਿਚ ਮੁਲਾਕਾਤ ਕੀਤੀ, ਜਿੱਥੇ ਦੋਵਾਂ ਆਗੂਆਂ ਨੇ ਸਥਾਨਕ ਕਲਚਰ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਵੁਹਾਨ ਸ਼ਹਿਰ ਵਿਚ ਦੋਵਾਂ ਆਗੂਆਂ ਵਿਚਾਲੇ ਪ੍ਰਤੀਨਿਧ ਮੰਡਲ ਪੱਧਰ ਦੀ ਗੱਲਬਾਤ ਹੋਈ। ਇਸ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕ ਆਪਣੀ ਤਾਕਤ ਨਾਲ ਦੁਨੀਆ ਦੀ ਭਲਾਈ ਲਈ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਰਾਸ਼ਟਰਪਤੀ ਨੂੰ ਭਾਰਤ ਵਿਚ ਸਮਿਟ ਸੱਦਾ ਦਿੱਤਾ ਏ। ਪੰਜਾਬ ਦੇ ਨਵੇਂ ਬਣੇ ਸਿੱਖਿਆ ਮੰਤਰੀ OP ਸੋਨੀ ਅੱਜ ਜਲੰਧਰ ਪੁੱਜੇ। ਉਨ੍ਹਾਂ ਇੱਥੇ ਹੋ ਰਹੇ ਕੌਮੀ ਅੰਡਰ-19 ਹਾਕੀ ਟੂਰਨਾਮੈਂਟ ਦੇ ਸਮਾਪਨ ਸਮਾਰੋਹ ਵਿਚ ਹਿੱਸਾ ਲਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖਿਆ ਤੇ ਖੇਡ ਪ੍ਰਤੀ ਸਰਕਾਰ ਕਾਫ਼ੀ ਗੰਭੀਰ ਏ। ਉਨ੍ਹਾਂ ਕਿਹਾ ਕਿ ਪੰਜਾਬ ਖੇਡਾਂ ਦੇ ਮਾਮਲੇ ਵਿਚ ਕਿਸੇ ਦੂਜੇ ਸੂਬੇ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਡ ਖੇਤਰ ਵਿਚ ਅੱਗੇ ਲਿਆਉਣ ਲਈ ਥੋੜੇ ਸਮੇਂ ਦੀ ਲੋੜ ਏ। ਜਿੱਥੋਂ ਤੱਕ ਹਰਿਆਣਾ ਸਟੇਟ ਦਾ ਸਵਾਲ ਹੈ, ਇਹਦੇ ਵਿੱਚ ਮੈਂ ਡਿਨਾਈ ਨਹੀਂ ਕਰਦਾ ਕਿ ਉਹ ਪਲੇਅਰ ਜਿਹੜੇ ਨੇ ਉਹ ਅੱਗੇ ਜਾ ਰਹੇ ਨੇ, ਉਹ ਵੀ ਸਾਡੇ ਜਿਹੜੇ ਨੇ ਬੱਚੇ ਨੇ ਜਿਹੜੇ ਪਲੇਅਰ ਨੇ ਸਾਡੇ ਭਰਾ ਨੇ। ਸੋ ਸਾਡਾ ਦੇਸ਼ ਇੱਕ ਆ, ਸਟੇਟਾਂ ਸਾਡੀਆਂ ਬੇਸ਼ੱਕ ਵੱਖਰੋ ਵੱਖਰੀਆਂ ਨੇ। ਅੱਜ ਤੁਸੀਂ ਜਿਹੜਾ ਮੈਚ ਸਾਡਾ ਹੋ ਰਿਹਾ, ਮੈਨੂੰ ਉਹਨੇ ਦੱਸ ਰਿਹਾ ਸੀ, ਮੈਂ ਤਾਂ ਆਇਆ ਹੀ ਹਾਂ, ਉਹਨੇ ਦੱਸ ਰਿਹਾ ਕਿ ਇਹ ਜਿਹੜੇ ਸਾਡੇ ਨੈਸ਼ਨਲ ਲੈਵਲ ਦਾ ਇੱਥੇ ਅੰਡਰ-19 ਹਾਕੀ ਦਾ ਜਿਹੜਾ ਟੂਰਨਾਮੈਂਟ ਹੋ ਰਿਹਾ, ਸਾਡੇ ਪੰਜਾਬ ਦੀਆਂ ਲੜਕੀਆਂ ਵੀ ਜਿਹੜੀਆਂ
ਉਹ ਟੋਪਰ ਰਹੀਆਂ ਨੇ ਸਾਡੇ। ਤੁਸੀਂ ਵੇਖ ਲਓ ਕਿੰਨੇ ਪਲੇਅਰ ਜਿਹੜੇ ਪੰਜਾਬ 'ਚੋਂ ਅੱਗੇ ਗਏ ਨੇ, ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਸਾਡੇ ਖੇਡ ਕੇ ਆਏ ਨੇ। ਸੋ ਇਹਨਾਂ 'ਚ ਕੋਈ ਗੱਲ ਇਹੋ ਜਿਹੀ ਗੱਲ ਨਹੀਂ, ਜੇ ਥੋੜ੍ਹਾ ਬਹੁਤਾ ਕੋਈ ਹਰਿਆਣੇ ਨਾਲ ਪੰਜਾਬ ਦਾ ਕੋਈ ਡਿਫਰੈਂਸ ਆ ਤਾਂ ਅਸੀਂ ਪੂਰਾ ਕਰਨਾ, ਅਸੀਂ ਮਿਹਨਤ ਕਰਨੀ ਆ, ਸਾਰਾ ਸਿਸਟਮ ਠੀਕ ਕਰਾਂਗੇ। ਬੱਚੇ ਜਿਹੜੇ ਸਾਡੇ ਨੇ, ਬੱਚਿਆਂ ਦੇ ਮਨ 'ਚ ਬੜੀ ਭਾਵਨਾ ਹੈ ਖੇਡਾਂ ਪ੍ਰਤੀ, ਬੱਚਿਆਂ ਨੂੰ ਸ਼ੌਂਕ ਵੀ ਆ, ਬੱਚਿਆਂ ਨੂੰ ਗਾਈਡ ਕਰਾਂਗੇ, ਕੋਈ ਗੱਲ ਨਹੀਂ, ਫਿਕਰ ਨਾ ਕਰੋ, ਬੱਚਿਆਂ ਦੇ ਉੱਤੇ ਹੱਥ ਰੱਖਾਂਗੇ ਪੂਰਾ ਜਿਹੜੇ ਸਾਡੇ ਪਲੇਅਰ ਨੇ। ਲੁਧਿਆਣਾ ਵਿੱਚ GM ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਹ 3 ਮੰਜ਼ਿਲਾ ਫੈਕਟਰੀ ਕਰੀਬ 1.5 ਏਕੜ ਵਿੱਚ ਫੈਲੀ ਹੋਈ ਏ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਇਮਾਰਤ ਵਿੱਚ ਦਰਾਰਾਂ ਪੈ ਗਈਆਂ ਹਨ ਅਤੇ 1 ਮਜ਼ਦੂਰ ਗਾਇਬ ਏ, ਜਿਸ ਦੀ ਭਾਲ ਕੀਤੀ ਜਾ ਰਹੀ ਏ। ਮੌਕੇ 'ਤੇ ਪੁੱਜੀਆਂ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ 1 ਵਜੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ। 35 ਮਿੰਟ 'ਤੇ ਸੁਬਹਾ ਜਿਹੜੀ ਅੱਗ ਲੱਗੀ ਸੀ, ਜੇ ਮਹਾਜਰੀ ਦੇ ਵਿੱਚ ਅੱਗ ਲੱਗੀ ਸੀਗੀ। ਇਹ ਅੱਗ ਜਿਹੜੀ ਹੈ, ਇਹਨੂੰ ਅੱਗ ਨੂੰ ਜਦੋਂ ਸੂਚਨਾ ਮਿਲੀ, ਤੁਰੰਤ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਜਿਹੜੀਆਂ ਲੁਧਿਆਣੇ ਫਾਇਰ ਬ੍ਰਿਗੇਡ ਤੋਂ ਭੇਜੀਆਂ ਗਈਆਂ, ਅਤੇ ਇਸ ਤੋਂ ਇਲਾਵਾ ਜਿਹੜੀ ਹੈ ਖੰਨਾ, ਸਮਰਾਲਾ, ਜਗਰਾਓਂ ਤੋਂ ਗੱਡੀਆਂ ਮੰਗਾਈਆਂ ਗਈਆਂ, ਹਲਵਾਰਾ ਏਅਰਪੋਰਟ ਸਟੇਸ਼ਨ ਤੋਂ ਵੀ ਗੱਡੀ ਮੰਗਾਈ ਗਈ। ਇਸ ਅੱਗ 'ਤੇ ਹੁਣ ਤੱਕ ਜਿਹੜੀਆਂ ਤਕਰੀਬਨ 150 ਗੱਡੀ ਪਾਣੀ 'ਚ ਪੈ ਚੁੱਕੀ ਹੈ, ਪਰ ਉਹ ਅੱਗ ਜਿਹੜੀ ਬਿਲਕੁਲ ਕੰਟਰੋਲ 'ਚ ਹੋ ਚੁੱਕੀ ਹੈ। ਥੋੜ੍ਹੀ ਬਹੁਤੀ ਅੱਗ ਰਹਿੰਦੀ ਜਿਹੜੀ 1 ਘੰਟੇ ਤੱਕ ਜਿਹੜੀ ਬੁਝਾ ਦਿੱਤੀ ਜਾਊਗੀ। ਦਸੰਬਰ ਮਹੀਨੇ ਵਿੱਚ ਹੋਈਆਂ ਨਗਰ ਪੰਚਾਇਤ ਮਾਹਲਪੁਰ ਦੀਆਂ ਚੋਣਾਂ ਵਿੱਚ ਅੱਜ ਪ੍ਰਧਾਨਗੀ ਦੀ ਚੋਣ ਵਿੱਚ ਕਾਂਗਰਸ ਦੀ ਬੀਬੀ ਰਣਜੀਤ ਕੌਰ ਨਗਰ ਪੰਚਾਇਤ ਮਾਹਲਪੁਰ ਦੀ ਪ੍ਰਧਾਨ ਚੁਣੀ ਗਈ। ਉਸ ਨੂੰ ਕਾਂਗਰਸ ਦੇ ਜਿੱਤੇ ਹੋਏ 4 ਅਤੇ ਅਕਾਲੀ ਦਲ ਦੇ 3 ਅਤੇ 1 ਆਜ਼ਾਦ ਉਮੀਦਵਾਰ ਨੇ ਬੀਬੀ ਰਣਜੀਤ ਕੌਰ ਨੂੰ ਆਪਣਾ ਸਮਰਥਨ ਦਿੱਤਾ, ਜਦਕਿ ਕਾਂਗਰਸ ਦੇ ਜਿੱਤੇ ਹੋਏ 4 ਅਤੇ 1 ਆਜ਼ਾਦ ਉਮੀਦਵਾਰ ਨੇ ਅਕਾਲੀ ਦਲ ਦੇ ਜਗਦੀਪ ਸਿੰਘ ਨੂੰ ਪ੍ਰਧਾਨ ਬਣਾਉਣ ਲਈ ਵੋਟ ਪਾਈ। ਉਹ ਪ੍ਰਧਾਨਗੀ ਦੀ ਚੋਣ ਅਕਾਲੀ ਦਲ ਦੇ ਜਗਦੀਪ ਸਿੰਘ ਨੇ ਜਿੱਤੀ। ਪਿਛਲੇ 5 ਮਹੀਨਿਆਂ ਤੋਂ ਨਗਰ ਪੰਚਾਇਤ ਪ੍ਰਧਾਨ ਦੇ ਚੋਣ ਦਾ ਚੱਲ ਰਿਹਾ ਹਾਈ ਵੋਲਟੇਜ ਡਰਾਮਾ ਅੱਜ ਖਤਮ ਹੋ ਗਿਆ। ਇਸ ਚੋਣ ਪ੍ਰਕਿਰਿਆ ਵਿੱਚ ਸ਼ਹਿਰ ਦੇ 13 ਵਾਰਡਾਂ ਦੇ ਕੌਂਸਲਰਾਂ ਨੇ ਭਾਗ ਲਿਆ। ਮਈ ਮਹੀਨੇ ਵਿੱਚ ਸਿਹਤ ਵਿਭਾਗ ਵੱਲੋਂ ਬੱਚਿਆਂ ਵਿੱਚ ਖਸਰਾ ਅਤੇ ਰੁਬੈਲਾ ਦੀ ਬਿਮਾਰੀ ਦੀ ਰੋਕਥਾਮ ਲਈ ਟੀਕਾ ਸ਼ੁਰੂ ਕੀਤਾ ਜਾ ਰਿਹਾ ਏ। ਇਹ ਟੀਕਾ 9 ਮਹੀਨੇ ਤੋਂ 15 ਸਾਲ ਦੇ ਬੱਚਿਆਂ ਨੂੰ ਲਗਾਇਆ ਜਾਵੇਗਾ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕਸਬਾ ਸਿੱਧਵਾਂ ਪੇੜ ਦੇ ਕਮਿਊਨਿਟੀ ਹੈਲਥ ਸੈਂਟਰ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਜੀਵਨ ਜੋਤ ਸਮਾਜ ਭਲਾਈ ਸੰਸਥਾ ਸਿੱਧਵਾਂ ਪੇਟ ਅਤੇ ਸਮੂਹ ਕਰਮਚਾਰੀਆਂ ਨੇ ਹਿੱਸਾ ਲਿਆ। ਬੀਤੇ ਦਿਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 1 ਮਈ ਤੋਂ ਸ਼ੁਰੂ ਕੀਤੀ ਜਾਣ ਵਾਲੀ ਖਸਰਾ ਅਤੇ ਰੁਬੈਲਾ ਮੁਹਿੰਮ ਦੀ ਸ਼ੁਰੂਆਤ ਸਬੰਧੀ ਚੰਡੀਗੜ੍ਹ ਵਿਖੇ ਮੀਡੀਆ ਜਾਗਰੂਕਤਾ ਵਰਕਸ਼ਾਪ ਲਗਵਾਈ ਗਈ ਸੀ। ਇਸ ਸਮੇਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਲਗਭਗ 75 ਲੱਖ ਬੱਚਿਆਂ ਦਾ ਟੀਕਾਕਰਨ ਕਰਨ ਦਾ ਟੀਚਾ ਏ। ਦੱਸ ਦਈਏ ਕਿ ਭਾਰਤ ਵਿਚ ਸਾਲਾਨਾ 49,000 ਬੱਚਿਆਂ ਦੀ ਖਸਰੇ ਦੀ ਬਿਮਾਰੀ ਕਾਰਨ ਮੌਤ ਹੋ ਜਾਂਦੀ ਏ। ਸਿਹਤ ਵਿਭਾਗ ਵੱਲੋਂ ਮਈ ਮਹੀਨੇ ਵਿੱਚ MR ਦਾ ਨਵਾਂ ਟੀਕਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਹੜਾ ਕਿ 9 ਮਹੀਨੇ ਤੋਂ 15 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਲੱਗੇਗਾ। ਇਸ ਸੰਬੰਧ ਵਿੱਚ ਸਮੂਹ ਸਟਾਫ ਸਿੱਧਵਾਂ ਬੇਟ ਅਤੇ ਸਕੂਲੀ ਬੱਚਿਆਂ ਨੇ ਰਲ ਕੇ ਜਾਗਰੂਕਤਾ ਰੈਲੀ ਕੱਢੀ। ਅਸੀਂ ਸਮੂਹ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਟੀਕਾ ਆਪਣੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਜ਼ਰੂਰ ਲਗਵਾਉਣ। ਕਰਨਾਟਕਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੈਂਗਲੌਰ ਵਿੱਚ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਬੰਦ ਕਮਰੇ ਵਿੱਚ ਤਿਆਰ ਕੀਤਾ ਗਿਆ ਮਨੋਰਥ ਪੱਤਰ ਨਹੀਂ ਏ, ਬਲਕਿ ਇਹ ਕਰਨਾਟਕ ਦੀ ਜਨਤਾ ਦੇ ਸਲਾਹ ਮਸ਼ਵਰੇ ਨਾਲ ਤਿਆਰ ਕੀਤਾ ਗਿਆ ਏ। ਇਸ ਵਿੱਚ ਰਾਹੁਲ ਗਾਂਧੀ ਨੇ ਸੂਬੇ ਵਿੱਚ ਅਗਲੇ 5 ਸਾਲਾਂ ਵਿੱਚ 1 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਏ। ਦਿਸ ਇਜ਼ ਦ ਵੌਇਸ ਆਫ the people of Karnataka. This is not a manifesto that has been made by 3 or 4 people in a closed room. This is a manifesto that has been made by going to every single district, every single block, every single community, every single region of this state. ਸੀਨੀਅਰ ਵਕੀਲ ਇੰਦੂ ਮਲਹੋਤਰਾ ਨੇ ਅੱਜ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ। ਉਨ੍ਹਾਂ ਨੂੰ ਭਾਰਤ ਦੇ ਮੁੱਖ ਜਸਟਿਸ ਦੀਪਕ ਮਿਸ਼ਰਾ ਨੇ ਸਹੁੰ ਚੁਕਾਈ। ਮਲਹੋਤਰਾ ਸਿੱਧੇ ਤੌਰ ਤੇ ਸੁਪਰੀਮ ਕੋਰਟ ਦੇ ਜੱਜ ਬਣਨ ਵਾਲੇ ਪਹਿਲੇ ਮਹਿਲਾ ਵਕੀਲ ਬਣ ਗਏ ਹਨ। ਕੇਂਦਰ ਵੱਲੋਂ ਉੱਤਰਾਖੰਡ ਦੇ ਚੀਫ਼ ਜਸਟਿਸ KM ਜੋਸਫ ਦੀ ਪਦਉੱਨਤੀ ਨੂੰ ਖਾਰਜ ਕਰਨ ਤੋਂ ਬਾਅਦ ਮਲਹੋਤਰਾ ਦੀ ਨਿਯੁਕਤੀ ਸਾਹਮਣੇ ਆਈ ਏ।
हवाई सेना दे मुखी बीएस धनोआ दा कहना है कि जेकर पाकिस्तान दा GF-17 अज दे समय दा लड़ाकू जहाज है तां भारत विच विकसित तेजस भविख दा लड़ाकू हवाई जहाज है। बहु भूमिका वाले लड़ाकू जहाज GF-17 सांझे तौर ते पाकिस्तान अते चीन वालों विकसित किया गया है ते इह भार विच हल्का है। इस विच सिंगल इंजन लग्या होया है। दोवां लड़ाकू जहाजां विचों किहड़ा ज्यादा वधिया है इह सवाल पुछे जाण ते धनोआ ने कहा इह निर्भर करदा है कि असी इस नूं किस तरह तैयार करदे हां। उन्होंने कहा कि उन्होंने इस गल दा यकीन है कि असी बेहतर हवाई जहाज बनाया है। धार्मिक भावनावां नूं ठेस पहुंचाउण दे इक मामले दा सामना कर रही अदाकारा राखी सावंत ते शिकायतकर्ता वकील विचाले समझौता हो गया है ते समझौते तों बाद वकील वल्लों मुकदमा वापस लै लिया गया है। अज राखी सावंत इस समझौते ते दस्तखत करन लई लुधियाना सर्कट हाउस पहुंची जिथे दोवां धिरां ने समझौते दे दस्तावेज़ां ते दस्तखत कीते। समझौते तों बाद राखी ने इह वी कहा कि उन्हां दी वाल्मीकि भगवान विच आस्था है ते नरेंद्र आदिया वी उन्हां दे भरा वांग हन। वकील नरेंद्र आदिया ने July 2016 दौरान सावंत विरुद्ध वाल्मीकि भाईचारे दीआं धार्मिक भावनावां नूं ठेस पहुंचाउण संबंधी अदालत विच शिकायत दित्ती सी। बिल्कुल, मैं आज लुधियाना में आई हूं, मेरे भाई नरेंद्र आदिया जी के यहां पर शहर में, और बिल्कुल वो मेरे भाई है, और आज हम भाई बहन में जो केस का मुद्दा था उसमें कॉम्प्रोमाइज हुआ है। हमारे वकील साहब ने आज कॉम्प्रोमाइज करवा दिया है। जो हमारे आपस में अंडरस्टैंडिंग थी वो हो चुकी है, और मैं वाल्मीकि समाज के जितने भी लोग हैं, मेरे भाई बहन हैं, मैं उनकी बहुत इज्जत करती हूँ। बाबा साहब अम्बेडकर को तो पूरी दुनिया जानती है और सम्मान करती है, मैं बहुत प्यार करती हूँ उनसे, और मैं उनकी बेटी हूँ, और बस थैंक यू सो मच। जो मैंने कंप्लेंट फाइल की थी जुलाई में 2016 में, उसमें राखी सावंत जी की समनिंग हुई थी, और मैम राखी सावंत जी अपने वकील मंड साहब के जरिए अपनी बेल करा के चले गए थे, और पहले भी इन्होंने अपनी जो ये शब्द थे जो भगवान वाल्मीकि जी के खिलाफ, वो इन्होंने सॉरी फील की थी, और ये हमारे समाज के हैं। बाद में मुझे पता चला ये वाल्मीकि समाज में है और हमारे बाबा साहब के बड़े पैरोकार हैं। और उसके बाद जो हमने भी रियलाइज़ किया, वी दीज आर दी गाइडलाइंस फॉर ऑल पीपल, भी किसी की जो रिलीजियस फीलिंग हार्ड नहीं होनी चाहिए और ना ही किसी को करनी चाहिए। और आज हमने, मैंने और मेरे वकील मुनीश प्रांग जी ने जे ये जो एफिडेविट कंप्रोमाइज का किया है वो दोनों वकीलों में रिड्यूस इन टू राइटिंग हुआ। और राखी सावंत जी इस जो सॉरी इस हर्फिया कंप्रोमाइज के जरिए सॉरी फील किया, और हम अगली कोर्ट में अगली तरीके कोर्ट में देंगे, और जो मेरी कंप्लेंट है मैं विड्रॉ हो जाएगी। इस दिनाल ही अजीत खबरों का बुलेटिन इत्थे खत्म हुंदा है। नवीं ते ताज़ा तरीन खबर लैके फिर तो हाजिर होवांगे। तद तक लई दिओ इजाजत, सत श्री अकाल।